ब्रह्म महेश्वर विष्णु सची पत ब्रह्मा महेश्वर शिवजी विष्णु सची पत विष्णु सचिपति सचिपति इंद्र अंत फसे जम फास पर फसे ने जम दी फास पैण गए। हुण दसो रहा कख रह गया सिद्धू मत दा बचिया कुछ अंत फसे जम फास परेंगे फास परेंगे तिन्ना दा कख भी नहीं बचदा जिहड़ा मान लूगा ਪਹਿਲਾਂ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਇਹ ਕਹਿਤਾ ਜੇ ਇਹ ਗੱਲ ਮੰਨਦਾ ਤਾਂ ਅੰਮ੍ਰਿਤ ਛਕਲਾ ਇਹਦਾ ਤਿਆਰ ਹੋਇਆ ਹੋਇਆ ਇਹਦੇ ਨਾਲ ਤਿਆਰ ਕੀਤਾ ਹੋਇਆ ਹੈ। ਜੇ ਤਾਂ ਅੰਦਰ ਲੰਘ ਗਈ ਘੁੱਟ ਫਿਰ ਤਾਂ ਮੰਨਦਾ ਨੀ ਫਿਰ ਮੰਨੂਗਾ ਫਿਰ ਕਿਵੇਂ ਮੰਨੂਗਾ ਰੋਜ਼ ਤਾਂ ਪਾਠੇ ਦਾ ਕਰਨ ਭੈ ਅੰਦਰ ਕਿਵੇਂ ਬੜੂਗੀ ਇਹਨਾਂ ਦੀ ਅਸਲ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਗੱਲ ਕੀ ਹੈ। ਗੱਲ ਉਹ ਜਲਦੀ ਨਹੀਂ ਜਿਹੜਾ ਪਹੁਲ ਦੀ ਨਹੀਂ ਹੈ ਗੱਲ ਇਹ ਬਾਣੀ ਦੀ ਹੈ ਜਿਹੜੀ ਪੜ੍ਹੀ ਹੈ। ਅਸਲ ਤਾਂ ਅੰਮ੍ਰਿਤ ਇਹ ਹੈ ਨਾਨਕ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਾ ਉਹ ਤਾਂ ਪਹੁਲ ਹੈ ਉਹ ਤਾਂ ਪਾਣ ਜਾੜੀ ਹੈ ਇਹ ਬਾਣੀ ਦੀ ਪਾਣ ਜਾੜੀ ਹੈ ਪਾਣ ਪਹੁਲ ਦਾ ਮਤਲਬ ਪਾਣ ਤਲਵਾਰ ਬਣੇਗੀ ਲੋਹਾ ਵਧੀਆ ਪਾਣ ਦੇ ਬਿਨਾਂ ਫਿਰ ਵੀ ਨਹੀਂ ਉਹ ਗੱਲ ਬਣਦੀ ਚਾਹੇ ਕਿੰਨਾ ਵਧੀਆ ਲੋਹਾ ਹੋਵੇ ਪਾਣ ਦਿੱਤੇ ਤਾਂ ਗੱਲ ਹੋਰ ਹੋ ਜਾਂਦੀ ਹੈ। ਇਹ ਤਾਂ ਪਾਣ ਚੜਾਈ ਹੈ ਉਹ ਤਾਂ ਪਾਣ ਚੜਾਈ ਹੈ ਉਹਨੂੰ ਅਸਲ ਤਾਂ ਗੱਲ ਆ ਪਈ ਹੈ ਜੇ ਇਹ ਨਹੀਂ ਹੈ ਉਹ ਕੁਛ ਵੀ ਨਹੀਂ ਜੇ ਇਹ ਨਹੀਂ ਨਾ ਸਬਜ਼ੀ ਇਹਦੇ ਨਾਲ ਜੁੜਿਆ ਛਕਦੇ ਹੀ ਨੇ ਲੋਕ ਛਕਾਉਂਦੇ ਨੇ ਅੰਮ੍ਰਿਤ ਕਿਰਪਾਲਾਂ ਵੀ ਪਾਈਆਂ ਹੋਈਆਂ ਬੜੀਆਂ ਤੇ ਵੀ ਖੜੇ ਨੇ ਕਿਰਪਾਲਾਂ ਵੀ ਪਾਈਆਂ ਟਿੱਕੇ ਵੀ ਲੋਈ ਜਾਂਦੇ ਨੇ ਕਿਉਂਕਿ ਆ ਨਹੀਂ ਪੜਿਆ ਹੋਇਆ ਜੋ ਚੀਜ਼ ਪੜਾਉਣ ਵਾਲੀ ਦੀ ਉਹ ਬਾਣੀ ਛੱਡਤੀ ਅੰਮ੍ਰਿਤ ਅੰਮ੍ਰਿਤ ਰੱਖ ਲਿਆ ਉਹਨੂੰ ਅੰਮ੍ਰਿਤ ਕਹਿਤਾ ਉਹ ਅੰਮ੍ਰਿਤ ਥਾਂ ਨਹੀਂ ਉਹ ਤਾਂ ਪਹੁੜੇ ਸੀ ਉਹ ਤਾਂ ਪਾਣੇ ਸੀ ਅੰਮ੍ਰਿਤ ਆ ਸੀ ਇਹ ਪੜ੍ਹਾਈ ਜ਼ਰੂਰ ਸੀ ਕਰਾਉਣੀ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਦੱਸ ਦਿਨੇ ਪੜ੍ਹਾਈ ਕਰਾਵੇ ਪੂਰੀ 10 ਦਿਨ ਜਾਂ 15-20 ਦਿਨ ਮਹੀਨਾ ਫਿਰ ਕਹੇ ਵੀ ਜਿਹਦਾ ਮਨ ਮੰਨਦਾ ਛਕ ਲਿਓ ਪਹੁੜ ਜਿਹਦਾ ਨਹੀਂ ਮੰਨਦਾ ਨਾ ਛਕਿਓ ਫਿਰ ਤਾਂ ਕੋਈ ਗੱਲ ਬਣਦੀ ਆਹ ਤਾਂ ਦੱਸਿਆ ਹੀ ਨਹੀਂ ਵੀ ਕੀ ਹੈ ਫਟਾਫਟ ਲਿਆ ਬਈ ਤੂੰ ਵੀ ਆ ਜਾ ਬਈ ਤੂੰ ਵੀ ਆ ਜਾ ਗਿਣਤੀ ਪੂਰੀ ਕਰਨੀ ਹੈ ਬਿੱਲ ਬਣਾਉਣਾ ਇੰਨੇ ਜ਼ਰੂਰ ਚਾਹੀਦੇ ਨੇ ਆਹ ਤਾਂ ਕੰਮ ਹੋ ਰਿਹਾ ਨਾ ਛਕਾਉਣ ਵਾਲੇ ਸਿੱਖ ਨਾ ਛਕਣ ਵਾਲੇ ਸਿੱਖ ਖਾਨਾ ਪੂਰੀ ਹੈ ਜਿਵੇਂ ਸਰਕਾਰ ਦਾ ਕੰਮ ਹੁੰਦਾ ਖਾਨਾ ਪੂਰੀ ਹੈ ਖਾਨਾ ਪੂਰੀ ਹੈ ਭੇਡਾਂ ਦੇ ਟਿੱਕੇ ਲਾਉਣ ਵਾਲੀ ਗੱਲ ਹਾਂ